ਇਦਾਂ ਤਾਂ ਤੂੰ ਕਦੀ ਨਹੀਂ ਪਿਆ, ਕੀ ਸੋਚਣ ਡਿਆ ਆ? ਮੰਮੀ ਉਦਾਂ ਹੀ ਚਿੰਤਾ ਜੀ ਬੜੀ ਹੋਣ ਡਈ ਮੈਨੂੰ। ਸਾਗ ਸੂਗ ਵੇਚ ਆਇਆ ਕਰੂੰਗਾ ਜਾਂ ਹੋਰ ਕੋਈ ਕੰਮ ਕਰ ਲੂੰਗਾ। ਚਲੋ ਉਹ ਤਾਂ ਵਧੀਆ, ਕੋਈ ਨਾ ਕੋਈ ਕੰਮ ਕਰਨਾ ਚਾਹੀਦਾ ਨਾਲ ਨਾਲ ਖੇਤੀਬਾੜੀ ਦੇ। ਜੇ ਤੂੰ ਕਵੇਂ ਤੇ ਮੈਂ ਤੈਨੂੰ ਟਿਫਨ ਵੀ ਪੈਕ ਕਰਦਾ ਨਾਲ। ਨਹੀਂ ਨਹੀਂ ਮੰਮੀ ਜੀ, ਟਿਫਨ ਰਹਿਣ ਦਿਓ, ਜਦ ਮੈਂ ਪਤਾ ਹੀ ਕਰਨ ਜਾਣਾ, ਜੇ ਉੱਥੇ ਜਗ੍ਹਾ ਹੋਏਗੀ ਤੇ ਫਿਰ ਮੈਨੂੰ ਰੱਖ ਲੈਣਗੇ। ਘਰ ਦਾ ਵੀ ਸੋਚੋ ਨਾ, ਚਲੋ ਬਾਹਰ ਬਣਾਓ ਚੁੱਲ੍ਹੇ ਤੇ। ਸਿੰਮੀ ਇਹ ਕੀ ਬਦਤਮੀਜੀ ਹੋਈ ਤੇਰੀ? ਜੇ ਬਦਤਮੀਜੀ ਹੈ ਤਾਂ ਤੁਸੀਂ ਬਦਤਮੀਜੀ ਸਮਝੋ। ਤੇ ਵਾਹਿਗੁਰੂ ਨਾ ਸਾਡਾ ਗੁਜ਼ਾਰਾ ਵੀ ਵਧੀਆ ਕਰੂਗਾ, ਤੇ ਜੇ ਤੁਹਾਡੇ ਵਰਗਿਆਂ ਦੀ ਮਦਦ ਕਰਨ ਦੀ ਲੋੜ ਪਈ ਨਾ ਤਾਂ ਉਹ ਵੀ ਕਰ ਦਾਂਗੇ ਅਸੀਂ। ਇੰਨੀ ਹੰਕਾਰੀ ਬੈਠੀ, ਕੋਈ ਲਾਡਰੀ ਪਾਈ ਆ ਪਿਓ ਦੀ ਆਸ 'ਚ ਬੈਠੀ ਦੀ ਆ। ਸੰਦੀਪ ਕੀ ਕਹਿੰਦੇ ਸਕੂਲ ਵਾਲੇ? ਮੰਮ ਜੀ ਰੱਖ ਲਿਆ ਉਹਨਾਂ ਨੇ ਮੈਨੂੰ। ਮੈਂ ਤਾਂ ਤੈਨੂੰ ਪਹਿਲੇ ਕਿਹਾ ਸੀ ਸੰਦੀਪ, ਐਵੇਂ ਤੂੰ ਫਿਕਰ ਕਰੀ ਜਾਨੀ, ਮੈਂ ਤਾਂ ਕਹੇ ਰੱਬ ਭਲੀ ਕਰੂਗਾ। ਹੁਣ ਦੱਸ ਪੁੱਤ ਕੀ ਕਹਿਣ ਡਿਆ ਤੂੰ, ਦੱਸ ਦੋ ਹੁਣ। ਮੰਮੀ ਮੈਂ ਜਦੋਂ ਲੈਣ ਗਿਆ ਸੀ ਨਾ ਸਕੂਟਰੀ, ਤੇ ਮੇਰੇ ਦੋਸਤ ਨੇ ਮੈਨੂੰ ਸਲਾਹ ਦਿੱਤੀ ਇੱਕ, ਕਹਿੰਦਾ ਤੂੰ ਪੁਰਾਣੀ ਜਿਹੀ ਲੈਣੀ ਹੈ, ਅਤੇ ਬਾਅਦ 'ਚੋਂ ਕੀ ਪਤਾ ਕਿੱਦਾਂ ਦੀ ਮਿਲੇ ਕਿੱਦਾਂ ਦੀ ਨਾ ਮਿਲੇ, ਉੱਦਾਂ ਵੀ ਬਾਅਦ 'ਚੋਂ ਪੈਸੇ ਲਾਏਗਾ, ਅਤੇ ਤੂੰ ਨਵੀਂ ਲੈ ਲਾ ਅਤੇ ਉਹਦੀਆਂ ਕਿਸ਼ਤਾਂ ਕਰਾ ਲਾ। ਹਾਂਜੀ ਸਹੀ ਗੱਲ ਤੇਜਿੰਦਰ, ਕਿਸ਼ਤਾਂ ਨਾ ਮੈਂ ਦੇਈ ਜਾਊਂਗੀ ਆਪਣੀ ਤਨਖਾਹ 'ਚੋਂ। ਆਹੋ ਗੱਲ ਤਾਂ ਸਹੀ ਆ, ਮੈਂ ਸੋਚਣ ਡਿਆ ਵਾਂ ਕਿ ਮੈਂ ਹੀ ਕੋਈ ਕੰਮ ਸ਼ੁਰੂ ਕਰਾਂ। ਭਾਬੀ ਨੇ ਤਾਂ ਅੱਗੇ ਮੈਨੂੰ ਮਿਹਣਾ ਮਾਰਤਾ ਕਿ ਤੂੰ ਆਪਣੀ ਘਰਵਾਲੀ ਦੀ ਕਮਾਈ ਖਾਈ ਜਾਣੀ ਆ। ਹੁਣ ਸਾਗ ਦਾ ਸੀਜ਼ਨ ਆ ਗਿਆ ਵਾ ਅਤੇ ਮੈਂ ਸਾਗ ਵੇਚਣਾ ਸ਼ੁਰੂ ਕਰ ਦਿੰਦਾ ਹਾਂ। ਆਹੋ ਪੁੱਤ ਸਾਗ ਵੇਚ ਆਇਆ ਕਰ ਅਤੇ ਸ਼ਹਿਰ ਲੈ ਜਾ ਕਰੀ, ਉੱਥੇ ਝੱਟ ਵੇਚ ਜਾਣਾ ਕਰਨਾ। ਹਾਂ ਮੰਮੀ ਉਹ ਹੀ ਮੈਂ ਸੋਚਣ ਡਿਆ ਵਾਂ, ਅਤੇ ਨਾਲੇ ਭਾਬੀ ਮੈਨੂੰ ਗੱਲਾਂ ਨਾ ਕਰਿਆ ਕਰੂਗੀ ਵੀ ਇਹ ਜਨਾਨੀ ਦੀ ਤਨਖਾਹ ਖਾਂਦਾ ਆ, ਇਹ ਇੱਦਾਂ ਕਰਦਾ ਵਾ, ਉਹਦੇ ਸਿਰ 'ਤੇ ਐਸ਼ ਕਰਦਾ ਵਾ। ਉਦੋਂ ਹੀ ਭਾਬੀ ਮੈਨੂੰ ਕਹਿੰਦੇ ਸੀ ਕਿ ਉਹਦੇ ਕੋਲ ਅਕਲ ਲੈ ਲਾ ਮਾੜੀ ਮੋਟੀ। ਮੰਮੀ ਮੇਰੇ ਕੋਲ ਇੱਦਾਂ ਗੱਲਾਂ ਨਹੀਂ ਸੁਣੀਆਂ ਜਾਂਦੀਆਂ। ਆਹੋ ਪੁੱਤ ਆਪਣੀ ਭਾਬੀ ਨੂੰ ਕਰਕੇ ਕੰਮ ਵਿਖਾ, ਮਿਹਨਤ ਕਰਕੇ ਨਾ ਅਤੇ ਇਹਨੂੰ ਵਿਖਾਓ, ਮਿਹਨਤ ਦਾ ਰੱਬ ਫਲ ਜ਼ਰੂਰ ਦਏਗਾ। ਹਾਂ ਮੰਮੀ ਉਹ ਤਾਂ ਹੈ ਹੀ ਆ, ਪਰ ਮੈਂ ਸੋਚਣ ਡਿਆ ਵਾਂ ਕਿ ਫਿਰ ਸੰਦੀਪ ਕਿੱਦਾਂ ਜਾਇਆ ਕਰਨਗੇ ਸਕੂਲੇ ਪੜ੍ਹਾਉਣ ਵਾਸਤੇ। ਲੈ ਤੇਜਿੰਦਰ ਇਹ ਕਿਹੜੀ ਗੱਲ ਆ, ਸਕੂਲ ਹੀ ਜਾਇਆ ਕਰਨਾ ਨਾ, ਤੇ ਮੈਂ ਆਟੋ ਜਾਂ ਬੱਸ ਤੇ ਚੱਲ ਜਾ ਕਰੂੰਗੀ, ਫਿਰ ਕੀ ਆ। ਪਰ ਤੂੰ ਤੇ ਕਦੀ ਧੀਏ ਬੱਸ ਆਟੋ ਤੇ ਕਦੀ ਗਈ ਨਹੀਂ ਹੈਗੀ। ਕੋਈ ਗੱਲ ਨਹੀਂ ਮੰਮ ਜੀ, ਮੈਂ ਨਾ ਆਪੇ ਐਡਜਸਟਮੈਂਟ ਕਰ ਲੂੰਗੀ, ਹੁਣ ਜ਼ਿੰਦਗੀ ਵਿੱਚ ਕੁਝ ਪਾਉਣ ਵਾਸਤੇ ਕੁਝ ਖਾਣਾ ਹੋਏ ਤਾਂ ਪੀਂਦਾ ਹੀ ਆ। ਹਾਂ ਧੀਏ ਇਹ ਤੇ ਗੱਲ ਹੈ। ਚਲੋ ਠੀਕ ਹੈ ਮੰਮੀ, ਤੇ ਮੈਂ ਵੀ ਸੋਚਣ ਡਿਆ ਵਾਂ ਵੀ ਆਪਾਂ ਸਾਗ ਦਾ ਪੂਰਾ ਫਿਰ ਖੱਤਾ ਹੀ ਲੈ ਲੈਂਦੇ ਹਾਂ, ਉਹਦੇ ਵਿੱਚ ਫਾਇਦਾ ਹੁੰਦਾ ਹੈ। ਤੇ ਮੈਂ ਪਤਾ ਕਰਕੇ ਆਉਂਦਾ ਪਿੰਡੋਂ ਕਿਸੇ ਕੋਲ, ਕਿਸੇ ਦੀ ਜਾਣਕਾਰੀ ਵਿੱਚ ਕੋਈ ਦੇਣ ਡਿਆ ਵਾ ਤਾਂ। ਆਹੋ ਪੁੱਤ ਘਰ ਆ ਫਿਰ ਪਤਾ। ਹਾਂ ਠੀਕ ਹੈ ਮੰਮੀ, ਰੇਹੜੀ ਤਾਂ ਆਪਣੇ ਕੋਲ ਹੈਗੀ ਆ, ਉੱਥੇ ਫਿਰ ਮੈਂ ਲੈ ਜਾ ਕਰੂੰਗਾ। ਲੈ ਕਰ ਲਈਏ ਆਪਣੀ ਰੇਹੜੀ ਤਿਆਰ, ਚੱਲਾਂ ਹੈ। ਹਾਂ ਭਾਬੀ ਜਾਣਾ ਹੀ ਪੈਣਾ ਹੈ। ਅੱਛਾ ਤੇ ਕਿੱਥੇ ਚੱਲਾਂ ਵੇਚਣ, ਆਪਣੇ ਪਿੰਡ ਹੀ ਵੇਚੇਗਾ ਕਿਤੇ ਹੋਰ ਜਾਏਗਾ? ਨਹੀਂ ਨਹੀਂ ਮੈਂ ਨਾਲ ਦੇ ਪਿੰਡ ਸੋਚਣ ਡਿਆ ਵਾਂ, ਆਪਣੇ ਪਿੰਡ ਨਹੀਂ ਵੇਚਣਾ, ਨਾਲ ਦੇ ਪਿੰਡ ਵੇਚਣ ਜਾਇਆ ਕਰੂੰਗਾ। ਅੱਛਾ ਚੱਲ ਵਧੀਆ, ਹੁਣ ਤਾਂ ਤੇਰੀ ਚੜ੍ਹਾਈ ਹੋ ਜਾਣੀ ਹੈ ਤੇਜਿੰਦਰ, ਸਾਗ ਵਾਲਾ ਹੋਇਆ ਕਰਨਾ ਹੈ। ਭਾਬੀ ਵੇਖੋ ਜੇ ਪਰਮਾਤਮਾ ਦੀ ਮਿਹਰ ਹੋ ਜੇ ਤੇ ਵਿਕ ਜੇ, ਚੱਲ ਫਿਰ ਜ਼ਿਆਦਾ ਲਿਆ ਕੇ ਜਾਇਆ ਕਰੂੰਗਾ। ਆਹੋ ਹੁਣ ਜੇ ਕੰਮ ਸ਼ੁਰੂ ਕਰ ਹੀ ਲਿਆ ਨਾ ਤੇ ਵੇਚ ਕੇ ਆਈ। ਹਾਂਜੀ ਹਾਂਜੀ ਭਾਬੀ ਵੇਚ ਕੇ ਆਊਂਗਾ। ਨਾਲ ਸੱਚ ਤੇਰੀਆਂ ਐਨਕਾਂ ਕਿੱਥੇ ਆ? ਐਨਕਾਂ ਲਾ ਕੇ ਜਾਈ, ਐਵੇਂ ਕਿਤੇ ਅੱਖਾਂ 'ਚ ਘੱਟਾ ਪੈ ਜਾਏਗਾ। ਸਿੰਮੀ ਮੈਂ ਤੈਨੂੰ ਕਿੰਨੀ ਵਾਰੀ ਅੱਗੇ ਵੀ ਸਮਝਾਇਆ ਵੀ ਐਵੇਂ ਮਜ਼ਾਕ ਨਹੀਂ ਡਾਈਦਾ ਹੋਈਦਾ। ਮੰਮੀ ਕੋਈ ਗੱਲ ਨਹੀਂ, ਡਾ ਲੈਣ ਦਿਓ ਮਜ਼ਾਕ, ਵੈਸੇ ਵੀ ਭਾਬੀ ਦੇ ਮਜ਼ਾਕ ਕਰਕੇ ਤਾਂ ਮੈਥੋਂ ਤੱਕ ਆਇਆ ਵਾਂ। ਪਹਿਲਾਂ ਵੀ ਇਹ ਕਹਿੰਦੇ ਹੁੰਦੇ ਸੀਗੇ ਕਿ ਇਹਨੂੰ ਕਿੰਨੇ ਕੁੜੀ ਦੇਣੀ ਹੈ, ਅਤੇ ਵਿਆਹ ਵੀ ਤਾਂ ਹੋ ਹੀ ਗਿਆ, ਹੁਣੇ ਭਾਬੀ ਕਹਿੰਦੀ ਆ ਨਾ ਵੀ ਇਹਦਾ ਸਾਗ ਨਹੀਂ ਵਿਕਣਾ, ਮਜ਼ਾਕ ਕਰਨ ਡੇ ਆ। ਮੰਮੀ ਮੈਂ ਸਾਗ ਵੇਚ ਕੇ ਦਿਖਾਊਂਗਾ ਸਾਰਾ ਅੱਜ। ਚੱਲ ਪੁੱਤ ਤੇਰੇ ਕੰਮ 'ਚ ਨਾ ਰੱਬ ਤੈਨੂੰ ਇੰਨੀ ਕੁ ਤਰੱਕੀ ਦੇਵੇ ਵੀ ਇਹ ਵੇਖਦੇ ਰਹਿ ਜਾਣ। ਹਾਂਜੀ ਮੰਮੀ। ਚਲੋ ਠੀਕ ਆ ਮੰਮੀ, ਚੱਲ ਜਾ ਪੁੱਤ, ਮੈਂ ਜਾਵਾਂ ਫਿਰ, ਕੰਮ 'ਚ ਤਰੱਕੀ ਦੇਵੇ। ਹਾਂਜੀ ਠੀਕ ਆ। ਚੱਲ ਅੱਜ ਪਹਿਲਾ ਦਿਨ ਸੀ ਤਾਂ ਵੀ ਅੱਧਾ ਕੁ ਵਿਕ ਗਿਆ।
भी थोड़ा जा बेच के दे फिर जाना घर नू। साग लो साग, साग ले लो जी साग। ਬੈਠੇ ਜੀ ਮੰਮੀ? ਆਹੋ ਪੁੱਤ, ਸੰਦੀਪ ਨੂੰ ਡੀਕਣ ਦੀ ਅਜੇ ਆਈ ਨਹੀਂ। ਤੇ ਤੇਰਾ ਕਿੱਦਾਂ ਸਾਗ ਵੇਖ ਗਿਆ ਨਾ ਅੱਜ? ਹਾਂ ਮੰਮੀ, ਸਾਗ ਤੇ ਸਾਰਾ ਵੇਖ ਗਿਆ। ਆਹੋ ਪੁੱਤ, ਨਾਲੇ ਸੀ ਜਣੇ ਆ ਲੋਕੀ ਲੈ ਆਈ ਲੈਂਦੇ ਸਾਗ। ਆਹੋ ਮੰਮੀ, ਸਾਗ ਤੇ ਝੜ ਝੜੀ ਲੋਕੀ ਆਈ ਜਾਂਦੇ ਸੀ ਬਾਹਰ। ਅੱਛਾ, ਪਰ ਮੰਮੀ ਉਹ ਜਿਹੜੀਆਂ ਸਾਗ ਲੈਣ ਵਾਲੀਆਂ ਹੁੰਦੀਆਂ ਉਹਨਾਂ ਦਾ ਰੇਟ ਹੀ ਨਹੀਂ ਹੁੰਦਾ, ਤੇ ਮੈਂ ਜਿੰਨੇ ਪੈਸੇ ਮੰਗਦਾ ਉਹਨੇ ਦਿੰਦਾ ਹੀ ਨਹੀਂ ਕੋਈ। ਚੱਲ ਕੋਈ ਗੱਲ ਨਹੀਂ ਪੁੱਤ, ਬੀਬੀਆਂ ਇੱਦਾਂ ਹੀ ਕਰਦੀਆਂ ਹੁੰਦੀਆਂ, ਤੈਨੂੰ ਆਪੇ ਹੌਲੀ ਹੌਲੀ ਭੇਤ ਆ ਜਾਣਾ। ਹਾਂਜੀ ਮੰਮੀ, ਆਪੇ ਹੌਲੀ ਹੌਲੀ ਜਾਂਚ ਆ ਜਾਊਗੀ। ਆਹੋ ਪੁੱਤ, ਕੰਮ ਕੀਤੇ ਹੀ ਪਤਾ ਲੱਗਦਾ ਆ। ਹਾਂਜੀ ਮੰਮੀ। ਆ ਗਈ ਸੰਦੀਪ? ਹਾਂਜੀ ਮੰਮ ਜੀ, ਤੁਸੀਂ ਵੇਚ ਆਏ ਸਾਗ? ਹਾਂ, ਸਾਗ ਤੇ ਮੈਂ ਸਾਰਾ ਵੇਚ ਆਇਆ। ਅੱਛਾ, ਚਲੋ ਵਧਾਈ ਹੋਏ, ਪਹਿਲੇ ਦਿਨ ਸਾਰਾ ਸਾਗ ਵਿਕ ਗਿਆ। ਤੁਹਾਨੂੰ ਬਹੁਤੀਆਂ ਬਹੁਤੀਆਂ। ਸੰਦੀਪ, ਚਾਹ ਲਿਆਵਾਂ ਕਿ ਪਾਣੀ? ਮੰਮੀ, ਚਾਹ ਹੀ ਪੀ ਲੈਣਾ ਆ। ਮੈਂ ਨਾ ਚਾਹ ਬਣਾ ਕੇ ਤੇ ਬੈਠੀ ਆ, ਤੁਹਾਨੂੰ ਡੀਕਣ ਦੀ ਸੀ, ਮੈਂ ਹੁੰਦੇ ਤੇ ਇਕੱਠੇ ਪੀਨੇ ਆ। ਠੀਕ ਆ, ਚਲ ਬਹਿ ਤੂੰ ਇੱਥੇ, ਮੈਂ ਚਾਹ ਲਿਆਉਣੀ। ਨਹੀਂ ਮੰਮ ਜੀ, ਤੁਸੀਂ ਬੈਠੋ, ਚਾਹ ਹੀ ਪਾ ਕੇ ਲੈਣੀ, ਮੈਂ ਲੈਣੀ ਆ। ਕੋਈ ਗੱਲ ਨਹੀਂ, ਮੈਂ ਹੁਣੇ ਆ ਗਈ ਬਸ। ਵੇਖ ਲਾ ਕੁੜੀ, ਸਕੂਲੋਂ ਵੀ ਨਾ ਥੱਕੀ ਹਾਰੀ ਆਈ ਆ, ਤੇ ਫਿਰ ਵੇਖ ਲਾ ਆਂਦੀ ਵੀ ਮੈਂ ਮੰਮੀ ਚਾਹ ਪਾ ਕੇ ਤੇ ਲੈ ਆਉਣੀ ਆ। ਹਾਂਜੀ ਮੰਮੀ, ਮੰਮੀ ਗੱਲ ਤੇ ਜ਼ਿੰਮੇਵਾਰੀ ਦੀ ਆ, ਜ਼ਿੰਮੇਵਾਰੀਆਂ ਨਹੀਂ ਨਾ ਬਹਿਣ ਦਿੰਦੀਆਂ। ਜਿਹੜੇ ਬੰਦੇ ਨੇ ਹੁਣ ਜ਼ਿੰਮੇਵਾਰੀ ਨਹੀਂ ਸਮਝਣੀ, ਉਹਨੇ ਤਾਂ ਆਪੇ ਥੱਕਣਾ ਆ। ਉਹ ਪੁੱਤ, ਇਹ ਤਾਂ ਗੱਲ ਤੇਰੀ ਠੀਕ ਆ। ਹਾਂਜੀ, ਚਲ ਇੰਨੀ ਕੁ ਸਿੰਮੀ ਦੀਦੀ ਵਾਸਤੇ ਰਹਿਣ ਦਿੰਦੀ ਹਾਂ, ਬਾਅਦ 'ਚ ਪੀ ਲੈਣਗੇ ਆਪੇ। ਪੀ ਲਓ, ਬਹਿ ਜਾ ਸੰਦੀਪ। ਹਾਂਜੀ, ਬਹਿ ਜਾ ਤੁਸੀਂ। ਲਓ ਮੰਮ ਜੀ ਚਾਹ। ਸੰਦੀਪ, ਮੇਰੀ ਚਾਹ ਕਿੱਥੇ ਆ? ਅੰਦਰ ਹੀ ਪਈ ਦੀਦੀ ਚਾਹ, ਪੀ ਲਓ। ਨਹੀਂ, ਮੇਰੀ ਚਾਹ ਬਾਹਰ ਲਿਆਉਣ ਲੱਗਿਆ, ਭਾਰ ਲੱਗਦਾ ਸੀ। ਦੀਦੀ, ਤੁਸੀਂ ਤਾਂ ਅੰਦਰ ਹੀ, ਜੇ ਬਾਹਰ ਹੁੰਦੇ ਤਾਂ ਮੈਂ ਚਾਹ ਲਾਈ ਹੋਣੀ ਸੀ ਤੁਹਾਡੇ ਵਾਸਤੇ ਵੀ। ਬਸ ਕਰ ਬਸ ਕਰ, ਹੁਣ ਬਹੁਤੀਆਂ ਸਫਾਈਆਂ ਨਾ ਦੇ। ਮੰਮੀ ਵੇਖ ਲਓ ਆਪਣੀ ਲਾਡਲੀ ਨੂੰਹ ਦੇ ਹਾਲ, ਫਿਰ ਕਹਿਣਾ ਸਿੰਮੀ ਕਲੇਸ਼ ਕਰਦੀ ਹੈ। ਸਹੀ ਗੱਲ ਆ, ਕਲੇਸ਼ ਤੇ ਤੂੰ ਹਰ ਗੱਲ 'ਚ ਪਾਉਣੀ ਆ। ਤੈਨੂੰ ਨਹੀਂ ਪਤਾ ਉਹ ਸਕੂਲੋਂ ਆਈ ਆ ਥੱਕੀ ਹਾਰੀ, ਫਿਰ ਵੀ ਉਹ ਚਾਹ ਲੈ ਕੇ ਆਈ ਆ। ਜੇ ਤੂੰ ਬਾਹਰ ਬੈਠੀ ਹੁੰਦੀ ਤਾਂ ਤੈਨੂੰ ਵੀ ਫੜਾ ਹੀ ਦੇਣੀ ਹਨੇ। ਤੁਹਾਡੇ ਨਾਲ ਗੱਲ ਕਰਨ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ, ਲੈ ਲਓ ਤੁਸੀਂ ਆਪਣੀ ਕਮਾਊ ਨੂੰਹ ਦੀ ਸਾਈਡ, ਹੁਣ ਤਨਖਾਹ ਜੋ ਆਉਣੀ ਹਰ ਮਹੀਨੇ। ਸਿੰਮੀ, ਤੂੰ ਭਾਵੇਂ ਮੈਨੂੰ ਹਰ ਮਹੀਨੇ ਡਾਲਰ ਦੇ ਹਾਂ, ਪਰ ਮੈਂ ਹਮੇਸ਼ਾ ਸੱਚ ਦਾ ਹੀ ਸਾਥ ਦੇਵਾਂਗੀ। ਚਲੋ ਕੋਈ ਗੱਲ ਨਹੀਂ ਮੰਮ ਜੀ, ਤੁਸੀਂ ਟੈਨਸ਼ਨ ਨਾ ਲਓ, ਨਾਲੇ ਸਿੰਮੀ ਦੀਦੀ ਦੀ ਤੁਹਾਨੂੰ ਪਤਾ ਆਦਤ ਵਾ ਹੁਣ ਇੱਦਾਂ ਦੀ। ਆਹੋ ਧੀਏ, ਇਹ ਤਾਂ ਹੈ। ਨਾਲੇ ਦੱਸਿਆ ਆਪਣੇ ਮੰਮੀ ਡੈਡੀ ਨੂੰ ਤੂੰ ਤਜਿੰਦਰ ਬਾਰੇ ਵੀ ਉਹ ਸਾਗ ਵੇਚਣ ਲੱਗ ਪਿਆ? ਹਾਂਜੀ ਮੰਮ ਜੀ, ਫੋਨ ਆਇਆ ਸੀ ਉਹਨਾਂ ਦਾ, ਤੇ ਮੈਂ ਦੱਸਿਆ ਉਹਨਾਂ ਨੂੰ ਕਿ ਤਜਿੰਦਰ ਨੇ ਸਾਗ ਵੇਚਣ ਦਾ ਕੰਮ ਸਟਾਰਟ ਕੀਤਾ ਆਪਣਾ। ਤੇ ਕੀ ਕਹਿੰਦੇ ਫਿਰ? ਉਹਨਾਂ ਨੇ ਕਿਹਾ ਤਾਂ ਨਹੀਂ ਵੀ ਸਾਗ ਵੇਚਣਾ ਸ਼ੁਰੂ ਕਰਤਾ ਇਹਨੇ? ਨਹੀਂ ਨਹੀਂ, ਉਹ ਤਾਂ ਬਹੁਤ ਖੁਸ਼ ਹੋਏ ਆ ਕਿ ਦੋਵੇਂ ਜੀ ਹੁਣ ਕਮਾਈ ਕਰਦੇ ਆ। ਚਲੋ ਅੱਗੇ ਅੱਗੇ ਕੰਮ ਵੱਧਦਾ ਹੌਲੀ ਹੌਲੀ। ਨਾਲੇ ਮੰਮੀ ਕਹਿਣ ਦੇ ਸੀ ਕਿ ਕੋਈ ਵੀ ਕੰਮ ਨਿੱਕਾ ਵੱਡਾ ਨਹੀਂ ਹੁੰਦਾ ਹੈਗਾ, ਸਾਰੇ ਜਣ ਜੀਰੋ ਤੋਂ ਸਟਾਰਟ ਕਰਦੇ ਕੰਮ। ਚੱਲ ਹੌਲੀ ਹੌਲੀ ਆਪੇ ਇਹਦਾ ਕੰਮ ਸੈੱਟ ਹੋ ਜਾਏਗਾ। ਫੇਰ ਤਾਂ ਸੰਦੀਪ, ਤੇਰੇ ਮੰਮੀ ਡੈਡੀ ਦੀ ਸੋਚ ਬੜੀ ਵੱਡੀ ਆ। ਹਾਂਜੀ ਮੰਮ ਜੀ, ਮੈਂ ਤਾਂ ਸੋਚਿਆ ਸੀ ਕਹਿਣਗੇ ਵੀ ਮੁੰਡਾ ਕਿਹੜੇ ਕੰਮ ਕਰਨ ਲੱਗ ਪਿਆ। ਨਹੀਂ ਨਹੀਂ ਮੰਮ ਜੀ, ਉਹਨਾਂ ਨੇ ਇੱਦਾਂ ਕਿਉਂ ਕਹਿਣਾ। ਚਲੋ ਪੀ ਲਓ ਚਾਹ। ਹਾਂਜੀ, ਨਾਲੇ ਨਾ ਉਹ ਕਹਿਣ ਦੇ ਸੀਗੇ ਕਿ ਮੈਂ ਨਾ ਤਜਿੰਦਰ ਨਾਲ ਗੱਲ ਕਰਨੀ, ਤੇ ਮੈਂ ਹੁਣੇ ਲਾਉਣੀ ਫੋਨ, ਤੇ ਫਿਰ ਮੈਂ ਉਹਨਾਂ ਨੂੰ ਕਿਹਾ ਨਹੀਂ ਨਹੀਂ ਮੰਮ ਜੀ ਅੱਜ ਨਾ ਲਾਇਓ, ਉਹ ਤਾਂ ਸਾਗ ਵੇਚਣ ਗਏ ਹੋਣੇ ਆ, ਤੇ ਮੈਂ ਕਿਹਾ ਸੀ ਸ਼ਾਮਾਂ ਨੂੰ ਗੱਲ ਕਰਾ ਦੂੰਗੀ ਤੁਹਾਡੀ ਉਹਨਾਂ ਨਾਲ। ਚੱਲ ਹੁਣ ਗੱਲ ਕਰਾ ਦੇ, ਹੁਣ ਤੇ ਵਿਹਲਾ ਆ, ਲਾ ਕੇ ਦੇ ਉਹਨੂੰ ਫੋਨ, ਹੁਣ ਗੱਲ ਕਰ ਲਈ। ਹਾਂਜੀ ਮੰਮ ਜੀ, ਚਾਹ ਪੀ ਲਈਏ, ਫਿਰ ਮੈਂ ਗੱਲ ਕਰਾ ਦੇਣੀ ਇਹਨਾਂ ਦੀ। ਹਾਂਜੀ, ਆ ਕਰਿਓ ਇਹਨਾਂ ਨਾਲ ਗੱਲ। ਹਲੋ ਤਜਿੰਦਰ, ਮੰਮੀ ਨੇ। ਹਾਂਜੀ ਹਾਂਜੀ, ਵਧੀਆ ਰਿਹਾ ਸੀਗਾ ਦਿਨ।
चलो कोई गल नहीं मम्मी जी, मैं सोचूंगा ये बारे, आपे जो वाहेगुरु ने चाहे तो यह भी काम जरूर करांगे। और डैडी जी ठीक ठाक ने? अच्छा अच्छा चलो ठीक है मम्मी जी, सत श्री अकाल। की कहने मम्मी? कुछ नहीं मम्मी, कह रहे थे कि हुण जिद्दां हौली हौली साग बेचना शुरू किया, हाँ जी, तो इदा कह रहे कि कम नूं वधा के ते बाद जिद्दां ज़्यादा सब्जियां रख के ते कोई दुकान दुकून लै के किराए ते, हाँ जी, ते सब्जी का कम ज़्यादा आपां खोल सकते हैं। चलो हौली हौली आपे भी कम हो जाएगा। हाँ चलो वाहेगुरु अगे ये अरदास करते हैं कि छेती छेती साडा काम वधा दे। हाँ जी। संदीप? हाँ जी मम्मी, बैठो। मैं लगी ही दाल बनाउन, ते तू दस दे केड़ी ते बनावा दाल फिर। मैं कोई भी बना लो, नाले मैं रेस्ट करके ते बना दिनी, तुही कल ही बना। नहीं नहीं कोई नहीं, मैं दाल ही बनानी, मैं बना दिनी आ, ते सिमी आपे फुलके बना लेंदी आ। तो कोई गल नहीं मम्मी जी, 2 मिनट लगने हैं, मैं बना दूंगी आपे। नहीं कोई नहीं, दाल मैं बना देनी, उनु किन्ना क टाइम लगना, तू रेस्ट कर ला, अगे तू थक के आई आ, ते घर दे भी काम आंदे आ कर ले। चलो ठीक है फिर, कोई भी दाल बना लो। बल्ले मम्मी उन्होंने तो बड़ी छेती कहते रेस्ट कर ला, मैनू भी कदे क्या भी रेस्ट कर ला। सिमी वो स्कूलों आई है, स्कूलों आके थक के तो फिर भी उन्हें घर के काम किए। नहीं जो थकी आई है तो अपने पेकियां कह स्कूटी लै दो, उदा तो बड़ा अपने पैसों का हंकार कर दी है। दीदी जे गल है ना, मैं हमने कर दी उन्होंने फोन, तो कल ते सामने स्कूटी लगी होगी। कर कर फोन वेख लें कि स्कूटियां आदियां ने। संदीप आप कि नहीं फोन करना, तो नाले भाभी स्कूटी जो लियानी भी हुई ना तो अपने सहुरियों को मंग के नहीं लियानी, अपनी कमाई नाल इत्थे लिया के खिलारांगे। कोई नहीं वेख लैने, भला साग वेच के भी इन्नी छेती स्कूटियां आउंदियां ने, नाले वेख लैनी है ना केड़ा तू कामयाबी वाला इतिहास लिखदा है। कामयाबी दा इतिहास ही भाभी लिखूंगा, कामयाबी दा इतिहास लिखण लई कलम दी नहीं हौसले दी लोड़ पैंदी आ। ठीक है हुण ते उच्चियां हवां च गल्लां करी जांदा ना, जदों डिग्गिया ना मूंह भार तैनूं उदों पता लगूगा। जिहड़े उड्डण दी चाह रखदे आ ना उह डिग्गण तों नहीं डरदे हुंदे। जा वे जा, किड्डे तू डायलॉग मारन डिया ऐ। Thank you.